स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज जिहड़ी वीडियो बना रहे हैं पिंड कोटली संघर तहसील ते जिला श्री मुक्तसर साहब। दोस्तों इस पिंड दीआं पहलां भी वीडियो चैनल उत्ते बहुत अपलोड है। जिहड़े पिंड दे विचों एक वीडियो बनाई दी है दोस्तों, क्योंकि पशु सारे वीरां नूं पता भी एक तां सेंटर दे विचों जिहड़े कुछ क वीर जिहड़े रस्ते चों हट जांदे आ, फार्मर टू फार्मर जिहड़ा कॉन्टैक्ट होण करके कीमत चंगी वट्टी जांदी है, दूजी गल नगद पशु विकदा। तो जिहड़े पिंड दे विचों एक वीडियो बना लईए फिर रूटीन च वीडियो आउण लग पैंदियां। अज दी वीडियो दोस्तों एक सधारण जे वीर दे घरों बनाउण लगे आ जिहड़ा मेहनत करके आपदे पशु तैयार करदा ते जदों कोई नेड़ पशु आ जांदा उदों बाद च वेच लैंदा। सो अज उस वीर दी वीडियो बनावांगे। एक झोटी इहदे कोल ताजी सूण वाली है, ਇਹਦੇ ਬਾਰੇ ਡਿਟੇਲ ਬਾਈ ਤੋਂ ਪੁੱਛਾਂਗੇ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਆਓ ਬਾਈ ਨਾਲ ਗੱਲਬਾਤ ਕਰਦੇ ਹਾਂ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਬਾਈ ਨਾਮ ਦੱਸੀ ਆਪਣਾ? ਰਾਜਾ ਸਿੰਘ ਹੈ ਜੀ। ਰਾਜਾ ਸਿੰਘ, ਪਸ਼ੂ ਕਾਫੀ ਟਾਈਮ ਦੇ ਹੀ ਰੱਖਦੇ ਹੋ? ਹਾਂਜੀ, ਕਾਰੀ ਸਾਹਿਬ। ਠੀਕ ਹੈ। ਅੱਛਾ, ਜਿਹੜੀ ਇਹ ਝੋਟੀ ਆਪਾਂ ਵੇਚਣੀ ਹੈ, ਘਰ ਦੀ ਮੱਝ ਦੀ ਹੈ ਬਾਈ? ਹਾਂਜੀ, ਘਰ ਦੀ ਮੱਝ ਦੀ ਹੈ ਜੀ। ਕਿੰਨੇ ਕੁ ਦੁੱਧ ਵਾਲੀ ਸੀ ਇਹਦੀ ਮਾਂ? ਉਹਦੀ ਮਾਂ ਤਾਂ 11 ਕਿਲੋ ਦੁੱਧ ਸੀਗਾ ਜੀ। 11 ਕਿਲੋ ਦੁੱਧ ਸੀਗਾ। 5.5 ਸੌ, 5.5 ਸੌ। ਠੀਕ ਹੈ। ਅੱਛਾ, ਇਹ ਝੋਟੀ ਕਿੰਨਵਾਂ ਸੂਆ ਸੂਣੀ ਹੈ? ਇਹ ਪਹਿਲਾ ਸੂਆ ਹੈ ਜੀ। ਕਿੰਨੇ ਦਿਨ ਲੈਂਦੀ ਹੈ ਬਾਈ? ਬਾਈ ਇਹ ਬਸ 5-7 ਦਿਨ, ਹਫ਼ਤਾ ਹੀ ਲਊਗੀ ਬਸ। 5-7 ਦਿਨ, ਹਫ਼ਤੇ ਤੱਕ ਲੈ ਸਕਦੀ? ਸਹੀ, ਲੈ ਸਕਦੀ ਹੈ। ਠੀਕ ਠੀਕ ਹੈ। ਅੱਛਾ, ਇਹਦਾ ਕੀ ਰੇਟ ਕਰਦੇ ਬਾਈ? ਇਹਦਾ ਰੇਟ ਜੀ 72,000 ਹੈ। 72,000। ਠੀਕ ਹੈ ਦੋਸਤੋ, ਪਹਿਲੇ ਸੂਏ ਸੂਣਾ। ਮੈਂ ਪਹਿਲਾਂ ਹੀ ਇਹ ਜਿਹੜਾ ਦੋਸਤੋ ਕੋਈ ਹਮਦਰਦੀ ਲੈਣ ਵਾਸਤੇ ਇਦਾਂ ਦੇ ਮੈਂ ਘਰ ਨਹੀਂ ਦਿਖਾਉਂਦਾ, ਸਿਰਫ ਇਹ ਦੱਸਿਆ ਜਾਂਦਾ ਵੀ ਜਿਹੜੇ ਪਸ਼ੂ ਹੈ ਇਹਨਾਂ ਦੇ ਉੱਤੇ ਕੋਈ ਜ਼ਿਆਦਾ ਸੇਵਾ ਨਹੀਂ ਹੋਈ। ਤੇ ਕਈ ਵੀਰ ਇੱਦਾਂ ਵੀ ਕਹਿੰਦੇ ਆ ਵੀ ਜੇ ਰਾਜਸਥਾਨ ਦੀ ਮੱਝ ਪੰਜਾਬ 'ਚ ਆ ਜੇ ਤਾਂ ਦੁੱਧ ਚੰਗਾ ਦੇਣ ਲੱਗ ਪੈਂਦੀ ਹੈ, ਕਿਉਂਕਿ ਖੁਸ਼ਕ ਏਰੀਏ ਦੇ ਵਿੱਚੋਂ ਜੋ ਪਸ਼ੂ ਆਉਂਦਾ ਚੰਗੇ ਖਾਣ ਪੀਣ ਵਾਲੇ ਥਾਂ 'ਤੇ ਤਾਂ ਦੁੱਧ ਵੱਧ ਜਾਂਦਾ। ਸੋ ਇਹ ਗੱਲ ਨੂੰ ਧਿਆਨ 'ਚ ਰੱਖ ਕੇ ਜਿਹੜੇ ਵੀਰ ਨੇ ਸੌਦਾ ਕਰਨਾ ਹੋਇਆ ਕਰਿਓ ਜੀ, ਕਿਉਂਕਿ ਇਹ ਜੋ ਦੁੱਧ ਇਹਨੇ ਲਾਇਆ ਦੋਸਤੋ ਉਹ ਸਧਾਰਨ ਪੱਠੇ ਨੀਰੇ 'ਤੇ ਹੀ ਲਾਇਆ, ਜਿਹਦੀਆਂ ਗੱਲਾਂ ਬਾਈ ਨਾਲ ਹੋਈਆਂ ਸੀਗੀਆਂ, ਕੋਈ ਇਹਨੇ ਬਹੁਤੀ ਫੀਡ ਪਾ ਕੇ ਇਹਨੂੰ ਪਾਲਿਆ ਨਹੀਂ ਗਾ। ਖੋਲੀ ਬਾਈ ਨੂੰ ਤੋੜ ਕੇ ਦਿਖਾਵਾਂਗੇ ਦੋਸਤੋ। ਜਿਹੜੇ ਵੀਰ ਦੇ ਪਸੰਦ ਆਊਗੀ ਉਹ ਕਾਲ ਕਰ ਲਿਓ। ਰੇਟ 72,000, ਕੁਛ ਮੌਕੇ 'ਤੇ ਥੋੜ੍ਹਾ ਬਹੁਤ ਇਹਦੇ 'ਚੋਂ ਲੈਸ ਤੁਹਾਨੂੰ ਜ਼ਰੂਰ ਬਾਈ ਕਰੂਗਾ, ਬਾਕੀ ਜਿਹਨੂੰ ਪਸੰਦ ਹੋਈ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ। ਕਮੈਂਟਾਂ ਦੇ ਵਿੱਚ ਬੇਸ਼ੱਕ ਕੋਈ ਵੀਰ ਨਾ ਪੇਮੈਂਟ ਲਾਵੇ, ਕਿਉਂਕਿ ਇਸ ਵੀਰ ਨੇ ਰੀਡ ਤਾਂ ਕਰਨੇ ਨਹੀਂ ਗੇ ਕਮੈਂਟ। ਬਾ ਮੋੜ ਲਾ ਬਾਈ ਥੋੜ੍ਹਾ ਜਿਹਾ ਦੋਸਤੋ, ਉੱਪਰ ਇੱਥੇ ਰੋਕੀ ਮਾੜਾ ਜੀ, ਖੜ ਦਈਏ ਤਾਂ ਕੋਸ਼ਿਸ਼ ਕਰੂੰਗਾ ਦੋਸਤੋ ਤੁਹਾਨੂੰ ਦਿਖਾਉਣ ਦੀ। ਹਵਾਨਾ ਬਹੁਤ ਸੋਹਣਾ ਦੋਸਤੋ, ਜਿੰਨਾ ਵੀ ਕੱਢਿਆ ਸਾਫ਼ ਹੈ, ਸੋਹਣਾ ਹਵਾਨਾ। ਬਸ ਬਾਈ ਬੰਨਦੇ ਭਾਵੇਂ। ਸੋ ਦੋਸਤੋ ਜਿਹੜੇ ਵੀਰ ਦੇ ਝੋਟੀ ਪਸੰਦ ਆਉਂਦੀ ਹੈ ਤੁਸੀਂ ਬਾਈ ਨੂੰ ਕਾਲ ਕਰ ਲਿਓ, ਇੱਥੇ ਆ ਕੇ ਇਹਨੂੰ ਦੇਖ ਸਕਦੇ ਹੋ ਝੋਟੀ ਨੂੰ। ਰੇਟ ਤੁਹਾਨੂੰ ਦੱਸਤਾ, ਡਿਟੇਲ ਸਾਰੀ ਬਾਈ ਤੋਂ ਲੈਤੀ ਹੈ, ਬਾਕੀ ਜਿਹਨੇ ਖਰੀਦਣੀ ਹੈ ਤਸੱਲੀ ਆਪ ਕਰ ਲਿਓ। ਹਵਾਨਾ ਕੋਸ਼ਿਸ਼ ਕਰੂੰਗਾ ਨੇੜਿਓਂ ਦਿਖਾਉਣ ਦੀ, ਜਿੰਨਾ ਵੀ ਹਵਾਨਾ ਦੋਸਤੋ ਝੋਟੀ ਨੇ ਕੱਢਿਆ ਪਿੱਛੇ ਨੂੰ ਕੱਢਿਆ ਅਤੇ ਸੋਹਣਾ ਅਤੇ ਸਾਫ਼ ਹਵਾਨਾ ਕੱਢਿਆ। ਸੋ ਥਣ ਤੁਸੀਂ ਦੋਸਤੋ ਵੀਡੀਓ 'ਚੋਂ ਦੇਖ ਸਕਦੇ ਹੋ, ਥੋੜ੍ਹਾ ਡਰਦੀ ਹੈ। ਸੋ ਉਹਦੇ ਹਿਸਾਬ 'ਤੇ ਦੋਸਤੋ ਤੁਹਾਨੂੰ ਦਿਖਾ ਰਿਹਾ। ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ।